ਲੈ ਬਈ ਪਾਲੇ ਝੋਟੇ ਮਗਰ ਹਾਲ ਤੇ ਹੁਣ ਦੇਖਦੇ ਬਈ ਕੀ ਬਣਦਾ ਗਾ। ਲੈ ਬਈ ਕਰਤਾ ਸਟਾਰਟ ਕੰਮ। ਤੇ ਬਾਕੀ ਬਈ ਜੀ ਤੋਰੇ ਤੋਂ ਪਤਾ ਲੱਗਦਾ ਹੁੰਦਾ ਗਾ ਕਿਉਂਕਿ ਬਈ ਜੀ ਹਰ ਟਰੈਕਟਰ ਹੁੰਦਾ ਗਾ ਤੇਲ ਦਾ ਟੈਂਕ ਖਾ ਕੇ ਫੇਰ ਹੀ ਪਤਾ ਲੱਗਦਾ ਗਾ। ਤੇ ਬਾਕੀ ਦੇਖਾਂਗੇ ਬਈ ਕਿੰਨੇ ਚੱਕਰਾਂ ਤੇ ਚੱਲਦਾ ਗਾ। ਤੇ ਪੁਰਾਣਾ ਟਰੈਕਟਰ ਬਈ ਪੁਰਾਣਾ ਮਾਡਲ ਆ, ਫਰਕ ਤਾਂ ਥੋੜਾ ਜਿਹਾ ਪਊਗਾ ਪਊਗਾ। ਨਵੇਂ ਟਰੈਕਟਰ ਨਵੇਂ ਕਰਕੇ ਹਾਂ ਇਹ ਰਮੇ ਕਰਕੇ ਹੈਗਾ, ਬਾਕੀ ਚੱਕਰਾਂ ਦਾ ਬਾਈਆਂ ਨੂੰ ਪਤਾ ਗਾ ਵੀ ਕਿੰਨੇ ਚੱਕਰਾਂ ਤੇ ਕਿੱਥੇ ਕਾ ਡਰਾਵਲੇ ਦੀ ਫਿੱਟ ਵੈਗਦੀ ਆ। ਕਿਹੜੇ ਗੇਅਰ ਚ ਚੱਲ ਰਿਹਾ ਗਾ, ਕਿਹੜੇ ਗੇਅਰ ਚ ਆ ਗਾ ਤੇ ਕਿਹੜਾ ਇੰਜਨ ਆ ਇਹਦਾ। ਤੇ ਜੂਜੀ ਗੇਅਰ ਵਾਲਾ ਗਾ ਬਾਈ ਜੀ, ਇਹ ਪਲੱਸ ਵਾਲਾ। ਲੈ ਬਾਈ ਲੈ ਬਾਈ ਲੈ ਬਈ ਟਰਬੋ ਹੋਇਆ ਹੋਇਆ ਬਈ ਟਰਬੋ ਹੋਇਆ ਹੋਇਆ ਬਿਨਾਂ ਟਰਬੋ ਤੋਂ ਰੇਜ ਨਾਲ ਪਹਿਲਾਂ ਤੋਂ ਟਰਬੋ ਵਾਲਾ ਗਾ। ਠੀਕ ਆ, ਕਿੰਨੇ ਚੱਕਰ ਮਾਰੇ ਹੁਣ? 2000 ਤੇ ਕਿਹੜੇ ਕਿਹੜੇ ਚੱਲ ਰਿਹਾ? ਪਹਿਲੇ ਹਾਈ ਚ ਏ ਚ ਠੀਕ ਆ, ਹਾਈ ਲੋ ਮੀਡੀਅਮ ਹੈਗਾ ਠੀਕ ਆ। ਤੇ ਡਰਾਵਲ ਥੱਲੇ ਚਿੱਟੇ ਹੋਏ ਬਾਈ ਜੀ ਠੀਕ ਆ, ਲਿਫਟ ਜਮਾਂ ਥੱਲੇ ਆ ਕੇ ਜੂ ਜੀ ਗੇਰਾ ਮਾਡਲ ਬਾਈ ਜੀ ਇੱਕੇ ਮਾਡਲ ਹੈਗਾ ਠੀਕ ਆ ਬਾਈ। ਤੇ ਪਹਿਲਾਂ ਰਮਾ ਰੂਮਾ ਸਾਰਾ ਕੁਛ ਹੋਇਆ ਹੋਇਆ, ਕਿੰਨੇ ਸਾਲ ਹੋ ਗਏ ਬਾਈ ਜੀ ਇਹਨੂੰ ਯੂਜ ਕਰਦੇ ਹੋਏ? ਕਿੰਨਾ ਟਾਈਮ ਹੋ ਗਿਆ ਇਹਨੂੰ ਲਿਆਤੇ ਹੋਏ? ਠੀਕ ਆ, 22 ਮਾਡਲ ਹੈਗਾ ਆਪਾਂ ਕਹਿ ਦੇਣਾ, 2500 ਘੰਟਾ ਓਰੀਜਨਲ ਚੱਲਿਆ ਹੋਇਆ ਹੈਗਾ ਠੀਕ ਆ ਬਾਈ। ਨਾਲ ਦੀ ਟਾਇਰ ਨੇ ਗਏ ਲੈ ਬਈ, ਰਮਾ ਹੋਇਆ ਹੋਇਆ ਹੈਗਾ ਟਰੈਕਟਰ ਹੁਣ ਤੇ ਦੇਖਦੇ ਬਾਈ ਕੀ ਬਣਦਾ ਗਾ। ਠੀਕ ਆ ਲੈ ਬਈ, ਇਹ ਤੋਂ ਵੀ 22 ਤੇ ਗੇੜਾ ਮਰਵਾਵਾਂਗੇ ਤੇ ਦੇਖਦੇ ਕੀ ਬਣਦਾ ਠੀਕ ਆ ਬਾਈ। ਤੇ ਲੈ ਬਾਈ ਦੱਬਦੇ ਕਿੱਲੇ ਤੇ ਰਿਜਨਲ ਟਰਬੋ ਆ ਬਾਈ ਜੀ, ਇਹ ਸੀ ਟੀ ਵੀ ਤਾਂ ਮਾਰਦਾ ਗਾ। ਲੈ ਬਾਈ ਕਰੋ ਚੈੱਕ ਬਾਈ, ਰੇਟ ਦਾ ਤਾਂ ਫਰਕ ਹੈਗੀ ਹੈਗਾ ਬਾਈ ਜੀ, ਜੈ ਜਾਂ ਰੇਟ ਦਾ ਫਰਕ ਆ ਉਹ ਜਾਂ ਫਿਰ ਚੀਜ਼ ਦਾ ਵੀ ਫਰਕ ਪਊਗੀ ਪਊਗਾ, ਜਿੰਨੇ ਕੁ ਪੈਸੇ ਲਾ ਲਓਗੇ ਤਾਂ ਉਨੀ ਕੁ ਚੀਜ਼ ਬਣ ਜੂਗੀ। ਤੇ ਲੈ ਬਾਈ ਬਹਿੰਦਾ ਜਾਂਦਾ ਗਾ ਹਾਂ, ਇਹ ਬਾਈ ਦੇ 1.5-2 ਸਾਲ ਹੋ ਗਏ ਬਾਈ ਨੂੰ ਪਾਉਂਦੇ ਹੋਏ ਇਹ ਟਰੈਕਟਰ। ਤੇ ਜਦੋਂ ਸਾਲ ਕੁ ਟੈਂਕ ਖਾ ਲਿਆ ਫਿਰ ਪਤਾ ਲੱਗੂਗਾ ਇਹ ਤੋਂ ਬਾਅਦ 'ਚ ਵੀ ਕੀ ਬਣਦਾ। ਹਾਂ 3-4 ਢੋਲ ਫੂਕ ਕੇ ਫਿਰ ਪਤਾ ਲੱਗਦਾ ਬਾਈ ਜੀ। ਤੇ ਬਾਕੀ ਹਜੇ ਉਹ ਵੀ ਪਹਿਲਾਂ ਜਦੋਂ ਆਪਾਂ ਸਟਾਰਟ ਕਰੀ ਸੀ ਬਾਈ ਜੀ ਵੀਡੀਓ, ਮੰਨ ਕੇ ਚੱਲੋ ਥੋੜ੍ਹਾ ਜਿਹਾ ਇਹ ਉਹ ਵੀ ਦੱਬਦਾ ਸੀਗਾ ਕਿਉਂਕਿ ਰਮਾਂ ਥੋੜ੍ਹਾ ਜਿਹਾ ਘੱਟ ਕਰਦਾ ਸੀਗਾ। ਘੱਟ ਕਿਉਂ ਕਰਦਾ ਸੀਗਾ? ਕਿਉਂਕਿ ਹਜੇ ਜਮਾਂ ਨਵਾਂ ਬਾਈ ਜੀ ਜਾਂਸੀ 'ਚੋਂ ਲੈ ਕੇ ਆਏ ਸੀਗੇ ਤੇ ਹੁਣ ਲੈ ਬਾਈ ਹੁਣ ਸੁੱਕੇ ਵਾਹਨ 'ਚ ਬਾਲ ਲਿਆ। ਲੈ ਬਾਈ ਮਾੜਾ ਆਪਾਂ ਬਾਈ ਇਹਨੂੰ ਵੀ ਨਹੀਂ ਕਹਿ ਸਕਦੇ, ਮਾੜਾ ਆਪਾਂ ਉਹਨੂੰ ਵੀ ਨਹੀਂ ਕਹਿ ਸਕਦੇ। ਹਾਂ ਰੇਟ ਦੇ ਹਿਸਾਬ ਨਾਲ ਬਈ ਫਰਕ ਪਊਗੀ ਪਊਗਾ, ਤਕਰੀਬਨ ਨਾ ਵਾਲਾ 2.5-3 ਲੱਖ ਰੁਪਏ ਦਾ ਫਰਕ ਹੈਗਾ। ਹਾਂ ਲੈ ਬਈ ਇਹ ਵੀ ਝੋਟਾ ਦਬਿਆ ਮਿਲਦਾ ਗਾ, ਬ੍ਰੇਕਾਂ ਤੇ ਘੁਮਾਉਂਦਾ ਗਾ। ਲੈ ਬਈ ਗਰਦੋ ਗਰਦ ਕਰਤਾ ਪੂਰਾ। ਲੈ ਬਈ ਇਹ ਚੱਲ ਰਿਹਾ ਬਾਈ ਜੀ 2000 ਚੱਕਰ ਤੇ, ਇਹ ਚੱਲ ਰਿਹਾ ਜੀ 2200 ਚੱਕਰ ਤੇ, 100 ਚੱਕਰ ਤੋੜਦਾ ਸੀਗਾ ਓਨਲੀ। ਲੈ ਬਾਈ ਅੱਛਾ ਜਸਪ੍ਰੀਤ ਕੀ ਕਹਿਣਾ ਚਾਹੇਗਾ? ਫੁੱਲ ਗਰਮ ਹੀ ਆ,
ਸੂਰੀ ਫੁੱਲ ਗਰਮੀ ਆ। ਲੈ ਵੀ ਪਹਿਲਾਂ ਗਿੱਲੇ ਵਾਹਨ ਚ ਵਾੜਿਆ ਸੀਗਾ, ਫਿਰ ਥੋੜਾ ਜਿਹਾ ਮੰਨ ਕੇ ਚੱਲੋ ਘੱਟ ਹਾਰਡ ਸੀਗਾ, ਹੁਣ ਪੂਰੇ ਹਾਰਡ ਚ ਵਾੜ ਲਿਆ। ਲੈ ਵਿੱਚ ਪੰਜਾਬੀ ਤੇ ਪਿੱਛੇ ਗਰਦਾ ਰੋਲ ਕਰਦਾ ਆਉਂਦਾ, ਇੱਧਰਲੇ ਪਾਸੇ ਦੇਖ ਸਕਦੇ ਬਾਈ ਜੀ। ਲੈ ਬਈ ਆਹ ਬਾਕੇ ਹੈਗਾ ਤੇ ਹੁਣ ਇੱਧਰ ਬੂਕ ਦਾ ਆਉਂਦਾ ਗਾ, ਤੇ ਬਾਕੀ ਬਈ ਕੰਪਨੀ ਦਾ ਜਿਹੋ ਜਿਹਾ ਰੇਟ ਦਾ ਗਾ ਉਸ ਹਿਸਾਬ ਨਾਲ ਬਈ ਜੀ ਫਰਕ ਤਾਂ ਪਊਗੀ ਪਊਗਾ। ਇਹ ਹੈਗਾ ਬਾਈ ਜੀ 14 ਲੱਖ ਰੁਪਏ ਦਾ ਨਵਾਂ, ਤੇ ਉਹ ਹੈਗਾ 9.25 ਲੱਖ ਰੁਪਏ ਦਾ ਨਵਾਂ, 15 ਵਾਲੇ ਹੱਲ ਨੇ ਤੇ ਬਹੁਤ ਆਉਂਦਾ। ਲੈ ਬਈ ਧਰਪੋ ਆ ਗਾ ਰਿਜ ਨਾਲ, ਲੈ ਹੁਣ ਪਹਿਲਾਂ ਮੁੰਡਾ ਬਹਿ ਗਿਆ ਜਿਹੜਾ ਪ੍ਰੀਤ ਤੇ ਬੈਠੇ ਸੀਗਾ, ਹੁਣ ਇਹ ਦੇਖਦੇ ਆ ਬਾਈ ਜੀ ਕੀ ਕਹਿੰਦਾ ਗਾ। ਡਰਾਈਵਰ ਲੈ ਵੀ ਪਹਿਲਾਂ ਵਾਲਾ ਮੁੰਡਾ ਬਿਠਾਤਾ, ਹੁਣ ਦੇਖਦੇ ਆ ਹੁਣ ਥੱਲੇ ਲਾਊਗਾ ਜਮਾ ਲਾਊਗਾ। ਲੈ ਬਈ ਘਰੋਂ ਚੈੱਕ ਕਰਾਂ, ਪੱਥਰ ਬਣਾ ਬਣਾ ਛੱਡਦਾ ਗਾ। ਲੈ ਬਈ ਚੈੱਕ ਕਰੋ ਬਾਕੀ, ਤੇ ਦਬਦਾ ਨੀ ਹੈਗਾ ਬਾਈ, ਕਹਿੰਦੇ 4x4 1628 ਦੇ ਟਾਇਰਾਂ ਚ ਬਾਈ ਜੀ, 1630 ਦੇ ਟਾਇਰ ਆ ਨਾ ਵੀਰੇ। ਲੈ ਬਈ 1630 ਦੇ ਟਾਇਰ ਆ ਗਏ, ਦੇਖਦੇ ਕੀ ਬਣਦਾ ਗਾ। ਤੇ ਹੁਣ ਮੁੰਡਾ ਉੱਤੇ ਚੜ੍ਹੇਗਾ ਕਿਉਂਕਿ ਬਾਕੀ ਡਰਾਵਲ ਵਗੈਰਾ ਸੈੱਟ ਕਰਦਾ ਗਾ, ਤੇ ਬਣੇ ਰਹੋ ਬਾਈ ਜੀ ਵੀਡੀਓ 'ਚ। ਤੇ ਟੋਪ ਮਾਡਲ ਆ ਬਾਈ ਜੀ, ਤੇ ਦੇਖਦੇ ਹਾਂ ਬਾਈ ਜੀ 2 ਸਪੀਡ 'ਚ ਆ ਬਾਈ ਜੀ। ਦੇਖਦੇ ਹਾਂ ਬਾਈ ਜੀ 2 ਸਪੀਡ 'ਚ ਆ ਵੀਰੇ, 2 ਸਪੀਡ 'ਚ ਆ ਗਿਆ ਬਾਈ ਜੀ, 2 ਸਪੀਡ 'ਚ ਆ, 2 ਸਪੀਡ 'ਚ ਆ, 2 ਸਪੀਡ ਆ, 2 ਸਪੀਡ ਹੈਗਾ। ਲੈ ਬਈ 2 ਸਪੀਡ ਹੈਗਾ, ਲੈ ਬਾਈ ਤੋਰਾ ਇਹਦਾ ਵੀ ਬਹੁਤ ਹੈਗਾ। ਲੈ ਬਾਈ
ਇਹਨੂੰ ਵੀ ਬਾਈ ਜੀ ਪੰਜਾਬ ਦੀ ਸਾਨ ਰੈੱਡ ਬੁੱਲ ਕਹਿ ਦਿੰਦੇ ਨੇਗੇ, ਸਵਰਾਜ 855। ਲੈ ਬਈ ਇਹ ਵੀ ਮੈਂ ਕਹਿੰਦਾ ਪਿੱਛੇ ਵੱਟੇ ਬਣਾਉਂਦਾ ਤੁਰਿਆ ਜਾਂਦਾ ਗਾ। ਲੈ ਬਾਈ ਲੈ ਬਾਈ ਤੁਰਿਆ ਥੋੜ੍ਹਾ ਜਿਹਾ ਘੱਟ ਆ, ਪਰ ਦਬਦਾ ਨਹੀਂ ਹੈਗਾ ਟਰੈਕਟਰ, ਅਤੇ ਚੱਕਰ ਦੇਖਾਂਗੇ ਬਾਈ ਨੂੰ ਪੁੱਛਾਂਗੇ ਵੀ ਕਿੰਨੇ ਚੱਕਰਾਂ 'ਤੇ ਚੱਲਦਾ ਗਾ। ਅਤੇ ਲਓ ਬਾਈ ਲੈ ਬਾਈ ਦਬਦਾ ਦੁਬਦਾ ਇਹ ਵੀ ਨਹੀਂ ਹੈਗਾ ਪੂਰਾ। ਲੈ ਬਾਈ ਬ੍ਰੇਕਾਂ 'ਤੇ ਘੁਮਾਉਂਦਾ ਮੁੰਡਾ ਵੀ। ਪੰਜਾਬ ਦੀ ਸਾਨ ਰੈੱਡ ਬੁੱਲ ਕਹਿ ਦਿੰਦੇ ਨੇ ਇਹਨੂੰ, ਟਮਾਟਰੀ ਰੰਗ ਦਾ 855। ਹਾਂ ਟੂ ਸਪੀਡ ਹੈਗਾ ਇਹ, ਹਾਂ ਡਬਲ ਡਿਸਟ੍ਰੀਬਿਊਟਰ ਹੈਗਾ ਅਤੇ 16 ਦੇ ਟਾਇਰਾਂ 'ਚ। ਲੈ ਵੀ ਚੱਕਰ ਦੇਖਾਂਗੇ ਬਾਕੀ ਕਿੰਨੇ ਕੁ ਚੱਕਰ ਤੋੜਦਾ ਗਾ, ਬਾਈਕ ਨਾਲ ਗੱਲਬਾਤ ਵੀ ਕਰਾਂਗੇ। ਲੈ ਪਰ ਜੇ 30 ਸਪੀਡ ਹੁੰਦਾ ਫਿਰ ਅਲੱਗ ਦੀ ਗੱਲ ਹੁੰਦੀ ਸੀਗੀ। ਲੈ ਬਾਈ ਕਹਿੰਦਾ ਥੱਲੇ ਲਾ ਕੇ ਫੇਰ ਲਾਵਾਂਗੇ। ਲੈ ਬਾਈ ਥੱਲੇ ਲਾ ਦੇਵਾਂ ਬਾਈ ਨੂੰ। ਲੈ 15 ਦੇ ਹਲ ਪਾਏ ਹੋਏ ਨੇ ਬਾਈ ਜੀ। ਤੋਰਾ ਟਰੈਕਟਰ ਤਾਂ ਬਹੁਤ ਹੈਗਾ ਪਰ 4x4 ਨਹੀਂ ਹੈਗਾ, ਨਾ ਹੀ ਇਹ 4x4 ਹੈ ਨਾ 3 ਸਪੀਡ 'ਚ ਹੈਗਾ। ਕਰਦੇ ਬਾਈ ਨੇ ਗੱਲਬਾਤ। ਅਠਾਰਾਂ ਸੌ ਚੱਕਰ 'ਤੇ ਚੱਲਦਾ, ਕਿਹੜੇ ਕਿਹੜੇ 'ਚ ਚੱਲਦਾ ਬਾਈ? ਟਾਪ ਲੋ 'ਚ। ਠੀਕ ਆ ਲੈ ਵੀ ਟਾਪ ਲੋ 'ਚ ਚੱਲਦਾ ਸੀਗਾ। ਲੈ ਬਾਈ ਲੈ ਬਾਈ ਟਮਾਟਰੀ 1800 ਚੱਕਰ 'ਤੇ ਚੱਲਦਾ, 1800 ਚੱਕਰ 'ਤੇ ਇਹ ਚੱਲਦਾ ਗਾ। ਅਤੇ ਜਿਹੜਾ ਨਿਊ ਆਲੈਂਡ ਸੀ ਉਹ ਚੱਲਦਾ ਸੀ 2000 ਚੱਕਰ 'ਤੇ ਬਾਈ ਜੀ। ਜਿਹੜਾ ਹੈਗਾ ਸੀਗਾ ਪ੍ਰੀਤ ਅਤੇ ਉਹ ਚੱਲਦਾ ਸੀਗਾ 2200 ਚੱਕਰ 'ਤੇ। ਅਤੇ ਜਿਵੇਂ ਆਪਾਂ ਲਾਗੇ ਚੱਲੇ ਬਾਈ ਜੀ ਇਹ 16 ਦੇ ਟਾਇਰਾਂ 'ਚ ਆ ਗਿਆ, 16x28 ਦੇ ਟਾਇਰਾਂ 'ਚ। ਅਤੇ ਜਿਹੜਾ ਪ੍ਰੀਤ ਜੀ ਉਹ ਵੀ 16x28 ਦੇ ਟਾਇਰਾਂ 'ਚ ਸੀਗਾ। ਜਿਹੜਾ 56x20 ਸੀ ਉਹ ਹੈਗਾ ਸੀ ਬਾਈ ਜੀ 16x30 ਦੇ ਟਾਇਰਾਂ 'ਚ। ਅਤੇ ਬਾਕੀ ਬਾਈ ਜੀ ਜਿਵੇਂ ਆਪਾਂ ਗੱਲ ਕਰੀਏ ਬਾਈ ਜੀ ਉਹ ਦੁਨੀਆ ਕੀ ਸੀ 3 ਸਪੀਡ 'ਚ, ਅਤੇ ਇਹ ਹੈਗਾ ਬਾਈ ਜੀ 2 ਸਪੀਡ 'ਚ। ਲਓ ਬਾਈ ਜੀ ਬਾਕੀ ਚੈੱਕ ਕਰੋ ਬਾਈ ਜੀ, ਪੰਜਾਬ ਦੀ ਸਾਨ ਹੈ ਇਹ ਟਰੈਕਟਰ, ਇਹਨੂੰ ਲਾਲ ਰੈੱਡ ਬੁੱਲ ਕਹਿ ਦਿੱਤਾ ਜਾਂਦਾ ਗਾ। ਲੈ ਬਾਈ ਹਾਂ ਜੀ ਲੈ ਵੀ ਐਵੇਂ ਨਹੀਂ ਕਹਿੰਦੇ ਹੈਗੇ, ਘਰ ਘਰ ਗੱਲਾਂ ਹੁੰਦੀਆਂ